ਕੁਲਦੀਪ ਸਿੰਘ ਹਾਂਜੀ ਰਿਸ਼ਤੇਦਾਰੀਆਂ 'ਚ ਬਹੁਤ ਸ਼ੱਕ ਨਹੀਂ ਕਰੀਦੇ ਬਿਲਕੁਲ ਇਹ ਟੁੱਟ ਵੀ ਜਾਂਦੀਆਂ ਨੇ ਬਾਬੇ ਮੈਂ ਕਹਿੰਦਾ ਬਾਲਾ ਕੌੜਾ ਵੀ ਨਹੀਂ ਬੋਲਣਾ ਚਾਹੀਦਾ ਬਿਲਕੁਲ ਯਾਰ ਦੋਸਤ ਸੱਜਣ ਰੁੱਸ ਵੀ ਜਾਂਦੇ ਹਾਂ ਇਹ ਬਹੁਤ ਸੰਭਾਲਣ ਵਾਲੀ ਚੀਜ਼ ਹੈ ਲੈ ਵੀ ਮਿੱਤਰੋ ਇਹਨਾਂ ਗੱਲਾਂ ਦੇ ਉੱਤੇ ਹੀ ਸ਼ਮਲਾ ਸਾਹਿਬ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਨੇ ਤੇ ਬਾਬਾ ਮੈਂ ਕਹਿੰਦਾ ਜਿਹੜੀ ਆਪਣੇ ਗੀਤ ਹੈ ਉਹੀ ਅਰਥ ਕਰੂ ਚੱਲਣੇ ਦੱਸਿ ਕੀ ਲਿਖਿਆ ਹਾ ਬਹੁਤਾਂ ਨਹੀਂ ਸ਼ੱਕ ਕਰੀਦਾ ਰਿਸ਼ਤੇ ਟੁੱਟ ਜਾਂਦੇ ਨੇ ਸ਼ਬਦ ਬੋਲੀਏ ਸੱਜਣ ਰੁਸ ਜਾਂਦੇ ਨੇ ਹੋ ਬੋਦਾਂ ਨਹੀਂ ਸ਼ੱਕ ਕਰੀਦਾ ਰਿਸ਼ਤੇ ਟੁੱਟ ਜਾਂਦੇ ਨੇ ਹੋ ਕੋੜੇ ਨਾ ਸ਼ਬਦ ਬੋਲੀਏ ਸੱਜਣ ਰੁਸ ਜਾਂਦੇ ਨੇ ਹੋ ਜਾਵੇ ਰੂਪ ਸਵਾਇਆ ਹੋ ਜਾਂਦਾ ਰੂਪ ਸਵਾਇਆ ਕੈਸੀ ਫੁੱਲ ਟੰਗੇ ਦਾ ਖਬਰੇ ਕਦ ਮੂੜ ਬਦਲ ਜਾ ਮੌਸਮ ਤੇ ਬੰਦੇ ਦਾ ਖਬਰੇ ਕਦ ਮੂੜ ਬਦਲ ਜੇ ਜਿੰਨਾ ਤੇ ਨਜ਼ਰ ਹੂਰ ਦੀ ਭਾਰੂ ਪੈ ਜਾਂਦੀ ਐ ਉਹ ਨਾਦੀ ਰੱਬੀ ਰਹਿ ਜਾਂਦੀ ਐ ਹੋ ਜਿੰਨਾ ਤੇ ਨਜ਼ਰ ਹੂਰ ਦੀ ਪਾਰੂ ਪੈ ਜਾਂਦੀ ਐ ਉਹਨਾਂ ਦੀ ਰੱਬੀ ਭਗਤੀ ਵਿੱਚੇ ਰਹਿ ਜਾਂਦੀ ਐ ਐ ਬੈਦਾਂ ਤੋਂ ਲਾਜ ਨਹੀਂ ਹੁੰਦਾ ਬੈਦਾਂ ਤੋਂ ਲਾਜ ਨਹੀਂ ਹੁੰਦਾ ਇਸ਼ਕੇ ਦੇ ਡੰਗੇ ਦਾ ਖਵਰੈ ਕਦ ਮੂੜ ਬਦਲ ਜੇ ਮੌਸਮ ਤੇ ਬੰਦੇ ਦਾ ਖਵਰੈ ਕਦ ਮੂੜ ਬਦਲ ਜੇ ਹੋ ਮਾੜੇ ਦੀ ਧੀ ਜਗ ਭਾਉਂਦਾ ਏ ਤਕੜੇ ਦੀ ਧੀ ਇਕ ਤਰੋਂਦਾ ਏ ਉਥੇ ਜਗਸਾਉ ਬਣ ਜਾਏ ਜਿੱਥੇ ਉਥੇ ਜਗਸਾਉ ਬਣ ਜਾਏ ਜਿੱਥੇ ਡਰ ਢੰਡੇ ਦਾ ਖਬਰੇ ਕਦ ਮੂੜ ਬਦਲ ਜਾਏ ਮੌਸਮ ਤੇ ਮੌਸਮ ਤੇ ਬੰਦੇ ਦਾ ਖਬਰੇ ਕਦ ਮੂੜ ਬਦਲ ਜਾਏ ਉਹ ਲੱਗਦਾ ਨਗ ਦੁੱਗਣਾ ਸੋਣਾ ਮੁੰਦੀ ਵਿੱਚ ਜੜਿਆਂ ਤੋਂ ਓਏ ਤੇਰੇ ਮੂੰਹ ਛੜੇ ਜੇਠ ਦਾ ਭਾਬੀ ਨਾਲ ਲੜਿਆਂ ਤੋਂ ਉਹ ਲੱਗਦਾ ਨਗ ਦੁੱਗਣਾ ਸੋਣਾ ਛੱਲੇ ਵਿੱਚ ਜੜਿਆਂ ਤੋਂ ਹੋ ਉਤਰੇ ਮੂੰਛੜੇ ਜੇਠ ਦਾ ਭਾਬੀ ਨਾਲ ਲੜਿਆ ਤੋਂ ਇੱਕੋ ਨਹੀਂ ਕਾਰਨ ਹੁੰਦਾ ਇੱਕੋ ਨਹੀਂ ਕਾਰਨ ਹੁੰਦਾ ਜੇਠ ਤੇ ਮੜੰਗੇ ਦਾ ਖਵਰ ਕਦ ਮੂਡ ਬਦਲ ਜਏ ਮੌਸਮ ਤੇ ਬੰਦੇ ਦਾ ਖਵਰ ਕਦ ਮੂਡ ਬਦਲ ਜਏ ਹੋ ਮੇਵੇ ਨੂੰ ਛੱਠਾ ਕਹਿੰਦਾ ਅੱਦਾ ਸੱਚ ਬੋਲੀ ਦਾ ਹੋ ਸ਼ਮਲੇ ਦੇ ਵਾਂਗੂ ਪੂਰਾ ਕਿਸਾ ਨਹੀਂ ਫੋਲੀਦਾ ਹੋ ਮੇਵੇ ਨੂੰ ਛੱਠਾ ਕਹਿੰਦਾ ਤੇ ਬੋਲੀ ਦਾ ਹੇ ਸ਼ਮਲੇ ਦੇ ਵਾਂਗੂ ਪੂਰਾ ਕਿਸਾ ਨਹੀਂ ਫੋਲੀਦਾ ਹੇ ਪੂਰਾ ਸੱਚ ਕਰਨ ਬਣਦਾ ਪੂਰਾ ਸੱਚ ਕਰਨ ਬਣਦਾ ਪੰਗੇ ਜਾਂ ਦੰਗੇ ਦਾ ਖਬਰੇ ਕਦ ਮੂੜ ਬਦਲ ਜਾਏ ਮੌਸਮ ਤੇ ਮੌਸਮ ਤੇ ਬੰਦੇ ਦਾ ਖਬਰੇ ਕਦ ਮੂੜ ਬਦਲ ਜਾਏ ਪਾ ਕਣੀਆਂ ਜਾਂ ਫੇਰ ਡਿਗਣ ਲੱਗੇ ਮਾ ਫੇਰ ਹੋਰ ਬਦਲੂ ਬਦਲ ਗਿਆ ਤੇ ਪਹਿਲਾਂ ਵੀ ਧੁੱਪ ਦਵਾ ਬਦਲ ਗਿਆ ਤੇ ਹੁਣ ਮੈਨੂੰ ਲੱਗਦਾ ਦਵਾਰੇ ਮੀਂਹ ਪੈਣ ਲੱਗੂਗਾ ਤੇ ਚਲੋ ਜੀ ਦੱਸਿਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਤੇ ਜੇ ਸਾਨੂੰ ਚੰਗੀਆਂ ਲੱਗੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇ ਸਾਨੂੰ ਚੰਗੀਆਂ ਲੱਗੀਆਂ ਤੁਸੀਂ ਸਾਰਿਆਂ ਨਾਲ ਅੱਗੇ ਸਾਂਝੀਆਂ ਕਰਿਓ ਸੋ ਸਾਰਿਆਂ ਦਾ ਧੰਨਵਾਦ ਸਾਡੇ ਵੱਲੋਂ ਮੈਂ ਕੁਲਦੀਪ ਛੱਠਾ ਬਾਪੂ ਮੇਵਾ ਸਿੰਘ ਜੀ ਪਾਲੀਆ ਤੇ ਬਾਪੂ ਹਰਪਾਲ ਸਿੰਘ ਜੀ ਸ਼ਮਲਾ ਸਾਹਿਬ ਉਹਨਾਂ ਦਾ YouTube ਹਾਂ YouTube ਚੈਨਲ ਹੈ ਜਿਹੜਾ ਹਰਪਾਲ ਸਿੰਘ ਸ਼ਮਲਾ ਉਹ ਸਬਸਕ੍ਰਾਈਬ ਕਰ ਲਿਓ ਸਾਰੇ ਤੇ ਸਾਡੇ Facebook ਤੇ ਪੇਜ ਵੀ ਹਰਪਾਲ ਸਿੰਘ ਸ਼ਮਲਾ ਵੀ ਹੈ ਤੇ ਕੁਲਦੀਪ ਛੱਠਾ ਵੀ ਹੈ ਤੇ ਸਾਰੇ ਜਣੇ ਸਾਥ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਜ਼ਿੰਦਗੀ ਜਿੰਦਾਬਾਦ